ਹੈਲੋ एवरीवन ਵੈਲਕਮ ਟੂ ਨਿਊ ਜੋਬ ਅਲਰਟ ਅੱਜ ਮੈਂ ਹਾਜ਼ਰ ਹੋਇਆ ਨਵੀਆਂ ਅਸਾਮੀਆਂ ਦੀ ਨਵੀਂ ਨੋਟੀਫਿਕੇਸ਼ਨ ਦੇ ਨਾਲ ਤਾਂ ਇਹ ਅਸਾਮੀਆਂ ਨੇ ਜੀ ਡੈਰੀ ਵਿਕਾਸ ਇੰਸਪੈਕਟਰ ਦੀਆਂ ਇਹ ਅਸਾਮੀਆਂ ਨੇ ਗ੍ਰੇਡ 2 ਦੀਆਂ ਇਹ ਅਸਾਮੀਆਂ ਨੇ ਟੋਟਲ ਅਸਾਮੀਆਂ ਨੇ ਜੀ 25 ਠੀਕ ਹੈ ਜੀ ਜਿੰਨਾਂ ਲਈ ਤੁਸੀਂ ਅਪਲਾਈ ਕਰ ਸਕਦੇ ਹੋ ਅਪਲਾਈ ਕਦੋਂ ਤੋਂ ਕਰਨਾ ਹੈ ਜੀ 25 2 2022 ਤੋਂ ਤੁਸੀਂ ਆਨਲਾਈਨ ਅਪਲਾਈ ਕਰ ਸਕਦੇ ਹੋ ਤੇ ਲਾਸਟ ਡੇਟ ਹੈ ਜੀ ਅਪਲਾਈ ਕਰਨੇ ਦੀ 25 6 2022 ਇਸ ਤੋਂ ਪਹਿਲਾਂ ਇਹ ਅਸਾਮੀਆਂ 2021 ਦੇ ਵਿੱਚ ਵੀ ਆਈਆਂ ਸਨ ਉਹਨਾਂ ਅਸਾਮੀਆਂ ਦੇ ਵਿੱਚ ਹੀ ਅਸਾਮੀਆਂ ਦਾ ਵਾਅਦਾ ਕੀਤਾ ਗਿਆ ਠੀਕ ਹੈ ਹੁਣ ਟੋਟਲ 37 ਅਸਾਮੀਆਂ ਬਣ ਚੁੱਕੀਆਂ ਨੇ ਜਿਨ੍ਹਾਂ ਦੇ ਵਿੱਚੋਂ ਜਨਰਲ ਕੈਟਾਗਰੀ ਦੀਆਂ ਅਸਾਮੀਆਂ 16 ਠੀਕ ਹੈ ਸ਼ਡਿਊਲ ਕਾਸਟ ਮਾਜਵੀ ਦੀਆਂ 5 ਅਸਾਮੀਆਂ ਨੇ ਸ਼ਡਿਊਲ ਕਾਸਟ ਰਮਦਾਸੀਆਂ ਦੀਆਂ 3 ਅਸਾਮੀਆਂ ਬੈਕਵਰਡ ਕਲਾਸ ਡੀਸੀ ਦੀਆਂ 3 ਅਸਾਮੀਆਂ ਜਨਰਲ ਦੀ 1 ਅਸਾਮੀ ਹੈ ਜੀ ਐਕਸ ਸਰਵਿਸਮੈਨ ਦੀ ਠੀਕ ਹੈ ਐਕਸ ਸਰਵਿਸਮੈਨ ਐਸਸੀ ਮਾਜਵੀ ਦੀ 1 ਅਸਾਮੀ ਹੈ ਐਕਸ ਸਰਵਿਸਮੈਨ ਬੀਸੀ ਦੀ 1 ਅਸਾਮੀ ਹੈ ਸਪੋਰਟਸ ਜਨਰਲ ਦੀ 1 ਅਸਾਮੀ ਹੈ ਹੈਂਡੀਕੈਪਟ ਤੇ ਇੱਕ ਅਸਾਮੀ ਹੈ ਜੀ ਇਕਨੋਮਿਕਲ ਵੀਕਰ ਦੀ ਹੈ ਤਿੰਨ ਅਸਾਮੀਆਂ ਨੇ ਟੋਟਲ ਅਸਾਮੀਆਂ ਬਣ ਜਾਂਦੀਆਂ ਹਨ ਜੀ 37 ਠੀਕ ਹੈ ਜੀ ਜਿਹੜੇ ਨੇ ਪਹਿਲਾਂ ਅਪਲਾਈ ਕੀਤਾ 2021 ਦੇ ਵਿੱਚੇ ਨੋਟੀਫਿਕੇਸ਼ਨ ਆਇਆ ਸੀ ਇਸ਼ਤਿਹਾਰ ਨੰਬਰ 15 2021 ਉਹਨਾਂ ਨੂੰ ਦੁਬਾਰੋਂ ਅਪਲਾਈ ਕਰਨ ਦੀ ਲੋੜ ਨਹੀਂ ਹੈ ਠੀਕ ਹੈ ਤਾਂ ਜਿਹੜੇ ਕੈਂਡੀਡੇਟ ਨੇ 2021 ਦੇ ਵਿੱਚ ਅਪਲਾਈ ਕੀਤਾ ਸੀ ਉਹਨਾਂ ਨੂੰ ਦੁਬਾਰੋਂ ਅਪਲਾਈ ਕਰਨ ਦੀ ਲੋੜ ਨਹੀਂ ਹੈ ਬਾਕੀ ਕੈਂਡੀਡੇਟ ptpsb.sc. pretpbsb.gov.in ਤੇ ਜਾ ਕੇ ਅਪਲਾਈ ਕਰ ਸਕਦੇ ਹਨ 25 5 2022 ਤੋ ਤਾਂ ਦੈਟਸ ਆਲ ਗਾਈ ਜੇ ਵੀਡੀਓ ਵਧੀਆ ਲੱਗਿਆ ਤਾਂ ਲਾਈਕ ਕਰਦੇ ਹੋ ਸ਼ੇਅਰ ਕਰਦੇ ਹੋ ਜਿਹਹਲੇ ਤੱਕ ਮੇਰੇ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਤਾਂ ਪਲੀਜ਼ ਸਬਸਕ੍ਰਾਈਬ ਮਾਈ ਚੈਨਲ ਧੰਨਵਾਦ